ਡਾਇਸਪੋਰਾ ਅੱਜ ਅਸੀਂ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨ ਆਏ ਹਾਂ ਕਿਉਂਕਿ ਪਰਮਾਤਮਾ ਨੇ ਇੱਕ ਨਿਮਾਣੇ ਸਿੱਖ 'ਤੇ ਮਿਹਰ ਕਰਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਹਲਕਾ ਪੈਲ ਦਾ ਹਲਕਾ ਇੰਚਾਰਜ ਲਗਾਇਆ ਗਿਆ ਔਰ ਅੱਜ ਅਸੀਂ ਆਪਣੇ ਜਿਹੜਾ ਹੈਗਾ ਹਲਕੇ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਨਤਮਸਤਕ ਹੋ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਅਸੀਂ ਹਲਕੇ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਲਈ ਅੱਜ ਇੱਥੇ ਗੁਰੂ ਸਾਹਿਬ ਤੋਂ ਨਮਸਕਾਰ ਕਰਨ ਆਏ ਹਾਂ, ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਆਏ ਹਾਂ ਅਤੇ ਮਹਾਰਾਜ ਅੱਗੇ ਬੇਨਤੀ ਕਰਨ ਆਇਆ ਕਿ ਹੇ ਅਕਾਲ ਪੁਰਖ, ਸਾਡੇ ਇਸ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਜੋ ਮਾਫੀਆ ਫੈਲਿਆ ਹੋਇਆ, ਸਾਡੇ ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਦੇ ਵਿੱਚ ਪਿਸ ਰਹੇ ਨੇ ਔਰ ਹਰ ਜਗ੍ਹਾ ਦੇ ਉੱਤੇ ਥਾਂ ਥਾਂ ਦੇ ਉੱਤੇ ਭ੍ਰਿਸ਼ਟਾਚਾਰ ਆ ਔਰ ਸਾਡਾ ਪੰਜਾਬ ਜਿਹੜਾ ਹੈਗਾ ਨੱਕ ਤੱਕ ਜਿਹੜਾ ਹੈਗਾ ਕਰਜ਼ੇ ਦੇ ਹੇਠ ਦੁੱਬਿਆ ਹੋਇਆ, ਸਾਨੂੰ ਤਾਕਤ ਦੇ, ਸਾਨੂੰ ਹਿੰਮਤ ਬਖਸ਼ ਕਿ ਅਸੀਂ ਆਪ ਜੀ ਦੇ ਰਾਹ ਦੇ ਉੱਤੇ ਚੱਲ ਕੇ, ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਉੱਤੇ ਚੱਲ ਕੇ, ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਅਸੀਂ ਇੱਕ ਚੰਗਾ ਪੰਜਾਬ ਸਿਰ ਸਕੀਏ, ਅਸੀਂ ਆਪਣੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾ ਸਕੀਏ, ਮੁੜ ਉਹੀ ਸਾਡੇ ਪੰਜਾਬ ਦੇ ਵਿੱਚ ਬਹਾਰਾਂ ਆਉਣ। ਸਾਡੇ ਜਿਹੜੇ ਨੌਜਵਾਨ ਨੇ ਅੱਜ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਦੌੜ ਰਹੇ ਨੇ, ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਪੰਜਾਬ ਦੀ ਧਰਤੀ 'ਤੇ ਲਿਆਉਣ ਦੇ ਲਈ, ਘਰ ਘਰ ਦੇ ਵਿੱਚ ਰੁਜ਼ਗਾਰ ਪਹੁੰਚਾਉਣ ਦੇ ਲਈ, ਨਸ਼ਾ ਖਤਮ ਕਰਨ ਦੇ ਲਈ ਅੱਜ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ 22 ਦੀ ਇਲੈਕਸ਼ਨ ਦਾ ਜਿਹੜਾ ਹੈਗਾ ਆਗਾਜ਼ ਕੀਤਾ ਅਤੇ ਗੁਰੂ ਮਹਾਰਾਜ ਸਾਨੂੰ ਸਾਰੇ ਸਮੂਹ ਪੰਜਾਬੀਆਂ ਨੂੰ ਇੱਕ ਚੰਗੀ ਸਰਕਾਰ ਦੇਵੇ ਤਾਂ ਕਿ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣ ਸਕੇ। ਦੇਖੋ, ਪੰਜਾਬ ਦੇ ਵਿੱਚ ਮੁੱਦੇ ਤਾਂ ਤੁਸੀਂ ਜਿਹੜੀ ਮਰਜ਼ੀ ਗੱਲ 'ਤੇ ਹੱਥ ਲਾ ਦਿਓ, ਹਰ ਜਗ੍ਹਾ ਦੇ ਉੱਤੇ ਪੰਜਾਬ ਦਾ ਰੋਮ ਰੋਮ ਜਿਹੜਾ ਹੈਗਾ ਉਹ ਦੁਖੀ ਆ। ਜਿਹੜੀਆਂ ਪਿੱਛੇ ਸਰਕਾਰਾਂ ਨੇ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ, ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਫਰ ਤੋਲਿਆ, ਜੋ ਝੂਠ ਬੋਲਿਆ, ਉਹ ਪੰਜਾਬ ਦਾ ਬੱਚਾ ਬੱਚਾ ਜਾਣਦਾ। ਅੱਜ ਇਸ ਨੂੰ ਕੈਪਟਨ ਨਹੀਂ, ਇਸ ਨੂੰ ਝੂਠਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਨੂੰ। ਸੋ ਇਸ ਲਈ ਅੱਜ ਇਸ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਰਲ ਮਿਲ ਕੇ ਇੱਕ ਨਸ਼ਾ ਮਾਫੀਆ ਪੈਦਾ ਕੀਤਾ ਹੋਇਆ, ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਜਿਹੜੇ ਰਲੀ ਮਿਲੀ ਖਾ ਰਹੇ ਨੇ, ਇਹਨਾਂ ਨੇ ਸਭ ਜਗ੍ਹਾ ਦੇ ਉੱਤੇ ਭ੍ਰਿਸ਼ਟਾਚਾਰ ਫੈਲਾਇਆ ਹੋਇਆ, ਉਹ ਸਾਰੀ ਚੀਜ਼ ਨੂੰ ਖਤਮ ਕਰਨ ਦੇ ਲਈ ਅੱਜ ਤੁਸੀਂ ਦੇਖੋ ਕਿ 2 ਲੱਖ SC ਬੱਚਿਆਂ ਦੇ ਜਿਹੜੇ ਹੈਗੇ ਆ ਪ੍ਰਾਈਵੇਟ ਕਾਲਜ ਰੋਲ ਨੰਬਰ ਰੋਕ ਰਹੇ ਆ। ਜਿਹੜੇ ਦਲਿਤ ਬੱਚੇ ਨੇ ਉਹਨਾਂ ਦਾ ਕੋਈ ਫਿਊਚਰ ਨਹੀਂ, ਤੁਸੀਂ ਦੇਖ ਲਓ ਜੇ ਲਾ ਲਈਏ ਹਰ ਜਗ੍ਹਾ ਦੇ ਉੱਤੇ। ਅੱਜ ਕਰੋਨਾ ਦਾ ਟਾਈਮ ਆ, ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ, ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਪਹਿਲਾਂ PPE ਕਿੱਟਾਂ ਦੇ ਵਿੱਚ ਘੁਟਾਲਾ ਕੀਤਾ ਅਤੇ ਹੁਣ ਜਿਹੜੇ ਟੀਕੇ ਜਿਹੜੇ ਆਏ ਸੀ ਲੋਕਾਂ ਨੂੰ ਲੱਗਣੇ ਸੀ ਜਿਹਦੇ ਨਾਲ ਕਿ ਬਿਮਾਰੀ ਤੋਂ ਬਚਾਅ ਹੋਣਾ ਸੀ, ਉਹ ਟੀਕੇ ਹੀ ਵੇਚ ਗਿਆ। ਇਸ ਤੋਂ ਵੱਡੀ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਸਾਡੇ ਪੰਜਾਬ ਦੇ ਲਈ। ਸੋ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਹਾਂ ਕਿ ਜੋ ਆਮ ਆਦਮੀ ਪਾਰਟੀ ਤੁਹਾਡੇ ਲਈ ਇੱਕ ਨਵੀਂ ਸਵੇਰ ਦਾ ਆਗਾਜ਼ ਹੋਏਗਾ 2022। ਮੈਂ ਆਮ ਆਦਮੀ ਪਾਰਟੀ ਤੋਂ ਜੁਆਇੰਟ ਸੈਕਟਰੀ ਪੰਜਾਬ ਜਗਜੀਤ ਸਿੰਘ ਜਿੰਕੀ ਯੂਥ ਵੱਲੋਂ ਮੈਨੂੰ ਬਹੁਤ ਖੁਸ਼ੀ ਹੈ। ਪਾਰਟੀ ਨੇ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਆ, ਸਾਰੇ ਇਮਾਨਦਾਰ ਚਿਹਰੇ ਅਤੇ ਸਾਫ਼ ਸੁਥਰੀ ਛਵੀ ਦੇ ਚਿਹਰਿਆਂ ਨੂੰ ਲਿਸਟ 'ਚ ਆਪਾਂ ਲਿਆਂਦਾ ਆ, ਜਿਹੜੇ ਕਿ ਹਲਕਾ ਇੰਚਾਰਜ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਨਿਭਾਉਣਗੇ। ਗੈਸਪੁਰਾ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ, ਫੇਸਬੁੱਕ ਟਵਿੱਟਰ ਸਾਰੇ ਕਿਤੇ ਇਹਨਾਂ ਦਾ ਬਹੁਤ ਵਧੀਆ ਕੰਮ ਲੋਕਾਂ 'ਚ ਬੋਲਦਾ, ਲੋਕਾਂ ਨਾਲ ਖੜ੍ਹਦੇ ਆ। ਇਹੀ ਸੋਚ ਕੇ ਇਹਨਾਂ ਦਾ ਕੰਮ ਵੇਖ ਕੇ ਪਾਰਟੀ ਨੇ ਅੱਜ ਇਹਨਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਕਿ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ। ਆਪਾਂ ਮਹਾਰਾਜ ਅੱਗੇ ਅੱਜ ਦਰਸ਼ਨ ਕਰਨ ਆਏ ਨੇ ਗੈਸਪੁਰਾ ਸਾਹਿਬ, ਅਤੇ ਮਹਾਰਾਜ ਇਹਨਾਂ ਦਾ ਪੂਰਾ ਹੱਥ ਰੱਖਣ ਇਹਨਾਂ ਦੇ ਸਿਰ 'ਤੇ। ਇਹਨਾਂ ਨਾਲ ਜਿੰਨੀ ਸੰਗਤ ਆਈ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਆਮ ਪਾਰਟੀ ਦੇ ਪਿਛਲੇ ਇਲੈਕਸ਼ਨ ਹੋਏ ਸੀ ਤਕਰੀਬਨ, ਉਹਨਾਂ ਨੇ ਆਪਣੇ ਬਾਹਰ ਦੇ ਲੀਡਰ ਲਿਆ ਕੇ ਖੜੇ ਕੀਤੇ ਸੀ। ਦੇਖੋ ਪਿਛਲੀ ਵਾਰੀ ਵੀ ਜਿਹੜੇ ਸਾਡੇ ਅੱਜ MLA ਆ, ਜਿੰਨੇ ਵੀ 22 MLA ਬਣੇ ਸੀ, ਤੁਸੀਂ ਉਹਨਾਂ 'ਚੋਂ ਕੋਈ ਵੀ ਤੁਸੀਂ ਦੱਸ ਦਿਓ ਕਿ ਪੁਰਾਣਾ ਚਿਹਰਾ, ਉਹ ਸਾਰੇ ਨਵੇਂ ਲੀਡਰ ਸਾਡੇ MLA ਬਣੇ ਸੀ, ਚਾਹੇ ਮੀਤ ਹੇਅਰ ਆ, ਚਾਹੇ ਕੁਲਤਾਰ ਸੰਧਵਾਂ ਜੀ ਆ, ਚਾਹੇ ਹੋਰ ਵੀ ਜਿੰਨੇ ਬਲਜਿੰਦਰ ਕੌਰ MLA, ਉਹ ਸਾਰੇ ਮੇਰੇ ਨਾਲ ਜੁਆਇਨ ਹੋਏ ਸੀ। ਉਹ ਅੱਜ MLA ਉਹ ਸਾਰੇ ਇੱਕ ਨਵੇਂ ਸੀਗੇ, ਉਹ ਕੋਈ ਪੁਰਾਣਾ ਚਿਹਰਾ ਨਹੀਂ ਸੀ। ਜਿਹੜੇ ਪੁਰਾਣੇ ਆਏ ਸੀ ਉਹ ਆਪਣੇ ਆਪਣੇ ਘਰਾਂ 'ਚ ਚੱਲ ਗਏ, ਜਿਹੜੇ ਟਿਕ ਗਏ ਆ ਸਾਡੇ ਵਾਸਤੇ ਉਹੀ ਪਾਰਟੀ ਦੇ ਵਫ਼ਾਦਾਰ ਆਦਮੀ। ਮੈਂ ਸਭ ਤੋਂ ਪਹਿਲਾਂ ਤਾਂ ਯੂਥ ਨੂੰ ਹੀ ਅਪੀਲ ਕਰਾਂਗਾ, ਮੈਂ ਯੂਥ ਟੀਮ 'ਚੋਂ ਹਾਂ, ਕਿ ਨਸ਼ਿਆਂ ਤੋਂ ਦੂਰ ਰਹੋ। ਆਉਣ ਵਾਲਾ ਟਾਈਮ ਯੂਥ 'ਤੇ ਹੀ ਆ, ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਯੂਥ ਨੇ ਹੀ ਬਣਾਉਣੀ ਆ, ਕਿਉਂਕਿ ਅੱਜਕੱਲ੍ਹ ਜਿਹੜਾ ਯੂਥ ਦਾ ਉਹ 'ਤੇ ਬਹੁਤ ਭਰੋਸਾ ਆਮ ਆਦਮੀ ਪਾਰਟੀ ਨੂੰ ਵੀ ਅਤੇ ਲੋਕਾਂ ਨੂੰ ਵੀ, ਕਿਉਂਕਿ ਇੱਕ ਨਵੀਂ ਸੋਚ ਲੈ ਕੇ ਆਪਾਂ ਆਏ ਹਾਂ ਆਮ ਆਦਮੀ ਪਾਰਟੀ। ਮੈਂ 2011 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ, ਜਦੋਂ ਅੰਨਾ ਅੰਦੋਲਨ ਸੀ, ਉਹ ਤੋਂ ਲੈ ਕੇ ਅੱਜ ਤੱਕ ਪਾਰਟੀ ਵਿੱਚ ਬੜਾ ਉਤਰਾਵ ਚੜ੍ਹਾਅ ਵੇਖਿਆ, ਪਰ ਆਪਾਂ ਪਾਰਟੀ ਦੇ ਨਾਲ ਸਟੈਂਡ ਲੈ ਕੇ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ, ਤਨ ਮਨ ਧਨ ਦੇ ਨਾਲ ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ।
ਮੈਂ ਅੰਮ੍ਰਿਤਸਰ ਤੋਂ ਹੀ ਹਾਂ, ਮੈਂ ਇਹਨਾਂ ਦਾ ਵੈਲਕਮ ਕਰਨ ਵਾਸਤੇ ਇੱਥੇ ਗੁਰੂ ਦੀ ਨਗਰੀ ਇਹ ਗੈਸ ਪੂਰਾ।